ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਅਸਗਰ ਗੁਜਰ। ਤੁਸੀਂ ਵੇਖ ਰਹੇ ਗੁਜਰ ਟੀਵੀ ਆਰਫ ਵਾਲਾ, ਹਰ ਰੋਜ਼ ਬਿਹਤਰੀਨ ਅਤੇ ਆਲਾ ਕੁਆਲਿਟੀ ਜਨਰਲ ਲੈ ਕੇ ਦੋ ਸਿੰਘ ਚਾਦਰ ਹੋਈ ਦਾ। ਅੱਜ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਚਾਰ ਮੱਝਾਂ ਵਾਂ, ਜਿਨ੍ਹਾਂ 'ਚ ਦੋ ਸੂਈਆਂ ਅਤੇ ਦੋ ਗੱਬਣਾਂ। ਮੱਝਾਂ ਅੱਲਾ ਦੇ ਹੁਕਮ ਨਾਲ ਪੂਰੀਆਂ ਚੰਗੀਆਂ ਵੱਡੀਆਂ, ਕੱਲੀ ਕੱਲੀ ਮਾਝ ਦੋਸਤਾਂ ਨੂੰ ਖਾਵਾਂਗੇ, ਇਨਸ਼ਾਅੱਲਾ ਰੂਹ ਰਾਜ਼ੀ ਹੋ ਜਾਣਗੇ। ਬੜੇ ਵੱਡੇ ਕੱਦ ਵਾਲੀ ਮੱਝ ਆ, ਥਣ ਮਾਝ ਨੂੰ ਮੁੱਠ ਮੁੱਠਦਾ ਵਾ ਅਤੇ ਖੂਬਸੂਰਤੀ ਹਲਕਾ ਜਿਹਾ ਮੱਝ ਦਾ ਨਾ ਸਿੰਘ ਤੋਂ ਖੁੱਲ੍ਹ ਤਾ, ਲੇਕਿਨ ਖੁਸ਼ਕ ਅਤੇ ਪੁਰਾਣਾ ਹੋਇਆ ਆ। ਅਤੇ ਥੱਲਿਓ ਮੱਝ ਬਹੁਤ ਹੀ ਵੱਡੀ ਆ, ਮੈਨੂੰ ਪੁੱਠਾ ਬੜਾ ਸੋਹਣਾ ਵਾ, ਮੈਨੂੰ ਹੱਡੀਆਂ ਬੜੀਆਂ ਚੰਗੀਆਂ ਵਾ, ਛਾਣ ਮੱਝ ਨੂੰ ਮੁੱਠ ਮੁੱਠਦਾ। ਐਂ ਦੋਸਤ ਦੇਖ ਲੈਣ, ਸੁੰਦੀ ਨਹੀਂ ਮੱਝ, ਜਲਦੀ ਬਰੀਕ ਮੱਝ ਆ, ਅਤੇ ਥੱਲਿਓ ਮੱਝ ਬੜਾ ਮੈਦਾਨ ਮਾਰੀ ਫਿਰਦੀ। ਇਹ ਗੱਬਣ ਮੱਝ ਚੰਗੀ ਖੂਬਸੂਰਤ ਅਤੇ ਵੱਡੀ ਮੱਝ। ਦੂਸਰੇ ਨੰਬਰ 'ਤੇ ਝੋਟੀ ਆ, ਵਿਕਾਸ ਨੇ ਦੂਸਰਾ ਸੋਹਣਾ ਸੋਹਣਾ ਦੂਸਰੇ ਦੋਸਤਾਂ ਨੇ ਮਾਝ ਦੀ ਹੱਡੀ ਵੇਖਣੀ ਪਿੱਛੋਂ। ਇਹ ਨੀਲੀ ਦੀਆਂ ਮਹੀਂ ਅੱਲਾ ਦੇ ਹੁਕਮ ਨਾਲ ਬਰੀਕਾਂ ਅਤੇ ਖੂਬਸੂਰਤ, ਮਾਝ ਨੂੰ ਥਣ ਮੁੱਠ ਮੁੱਠਦਾ ਵਾ, ਉਛਲ ਬਰੀਕ ਆ। ਇਹ ਮਾਝ ਝੋਟੀ ਸੂਈ ਹੋਈ ਆ, ਇਹ ਪਹਿਲਾਂ ਇਹ ਪਹਿਲਾਂ ਸਾਰੀਆਂ ਇਨਸ਼ਾਅੱਲਾ ਦੋਸਤਾਂ ਨੂੰ ਖਿਲਾਵਾਂਗੇ, ਤਸੱਲੀਆਂ ਨਜ਼ਾਰਿਆਂ ਵਾਲੀਆਂ ਪੂਰੀਆਂ, ਰੇਟ ਬਿਲਕੁਲ ਜਾਇਜ਼ ਮਕੂਲ ਹੋਣਗੇ। ਇਹ ਵੀ ਸੂਈ ਹੋਈ ਆ, ਚਾਰ ਮੱਝਾਂ ਦੋਸਤਾਂ ਨੇ, ਪੂਰੀ ਵੀਡੀਓ ਵੇਖਣੀ ਇਨਸ਼ਾਅੱਲਾ, ਰੇਟ ਬਿਲਕੁਲ ਜਾਇਜ਼ ਮਕੂਲ ਅਤੇ ਮੁਨਾਸਿਬ ਹੋਣਗੇ ਇਨਸ਼ਾਅੱਲਾ। ਮੱਝਾਂ ਚੰਗੀਆਂ, ਲੋਹ ਪਾ ਗਈ ਹਲਕੀ ਜੀ, ਲੇਕਿਨ ਮਾਝ ਨੀਲੀ ਦੇ ਬਟਨ ਇਹ ਦੋਸਤ ਚੈੱਕ ਕਰਨੇ, ਥਣ ਮਾਝ ਨੂੰ ਕੈਸਾ ਪਾਵਰ ਵਾਲਾ ਮੋਟਾ ਸ਼ੱਕ ਵਾਲੀ ਇੱਕ ਰੰਗੀ ਮੱਝ ਕਰਾਸ ਦੇ ਵਿੱਚ, ਚੱਲ ਇਹ ਹੀ ਲੈ ਜਾ ਮਾਸ਼ਾਅੱਲਾ। ਲਾਟੂ ਥਾਣਾ ਮੋਟਾ ਡੇਢੀ ਵਾਲਾ, ਮੈਂ ਲੋਹ ਪਾਈ, ਇਹਨੇ ਤਾਂ ਬੜਾ ਖੂਬਸੂਰਤ ਅਤੇ ਸੋਹਣਾ, ਮੈਂ ਇਹਦੀ ਚਮੜੀ ਇੰਨੀ ਬਰੀਕ ਆ ਕਿ ਹੱਥ ਮਾਰੋ ਉੱਤੇ ਪਾਣੀ ਦਰਿਆ ਬਣ ਜਾਣ, ਪੂਰੀ ਸੋਹਣੀ। ਦੂਸਰਾ ਸੂਆ ਸੂਈ, ਦੂਸਰਾ ਸੂਆ ਸੂਈ ਹੋਈ, ਬੜੀ ਸੀਲ ਸ਼ਰੀਫ ਮੁੱਠ ਮੁੱਠ ਦਾ ਥਾਣਾ। ਅੱਜ ਕਿਨਵਾ ਦਿਆ ਸੂਈ ਨੂੰ? ਕੱਲ੍ਹ ਰਾਤ ਸੂਈ, ਹਲਕੀ ਜਿਹੀ ਮੱਝ ਲੋਹ ਲਈ ਫਿਰਦੀ ਹੈ, ਲੇਕਿਨ ਅੱਲਾ ਦੇ ਹੁਕਮ ਨਾਲ ਚੁਆਈ ਦੀ ਥਣਾਂ ਦੀ। ਇਹ ਹੀ ਇਹਨਾਂ ਦਾ ਬੱਚਾ, ਇਹ ਜੀ ਕੱਟੀ, ਜਿਸ ਤਰ੍ਹਾਂ ਮੱਝ ਸ਼ਾਹ ਕਾਲੀ ਸਾਰੀ ਇੱਕ ਰੰਗੀ, ਇਸੇ ਤਰ੍ਹਾਂ ਹੀ ਸ਼ਾਹ ਕਾਲੀ ਮੱਝ ਇੱਕ ਰੰਗੀ, ਉਸੇ ਤਰ੍ਹਾਂ ਦੀ ਕੱਟੀ ਹੈ। ਚੁਆ ਮੱਝ ਜਿਸ ਤਰ੍ਹਾਂ ਮੋਟਾ ਥਾਣ, ਇਸੇ ਤਰ੍ਹਾਂ ਹੀ ਮੱਝ ਦਾ ਚੁਆ ਹੈਗਾ ਮਾਸ਼ਾਅੱਲਾ। ਬਰੀਕੀ ਦੋਸਤਾਂ ਵੇਖਣੀ ਹੈ, ਚਮੜੀ ਦੋਸਤਾਂ ਵੇਖਣੀ ਹੈ, ਬਿਲਕੁਲ ਨਫੀਸ ਅਤੇ ਬਰੀਕ ਝੋਟੀ ਹੈ। ਦੂਸਰੇ ਸੂਏ ਨੂੰ ਕੱਟੀ ਮੱਝ ਦੇ ਮਗਰ ਅਤੇ ਦੋਵੇਂ ਦਿਨਾਂ ਦੀ ਸੂਈ ਹੈ, ਹੁਣ ਲਿਆਈ ਪੈਨ ਛੱਡ। ਅੱਛਾ ਵਿਕਾਸ, ਇਹਦਾ ਸੋਹਣਾ ਅਤੇ ਇੱਕੋ ਹੀ ਜਿਹੜਾ ਰੇਟ ਆ, ਰੇਟ ਨਾਲ ਹੀ ਦੱਸਦੀ, ਇਹਦਾ ਰੇਟ ਜਿਹੜਾ ਸੋਹਣਾ ਇੱਕੋ ਹੀ, ਜਿਹਨੇ ਦੀ ਆਪਾਂ ਫਾਈਨਲ ਵੇਚਣੀ ਹੈ, ਵਧਾਣੇ ਘਟਾਣੇ ਨੇ, ਬਸ ਜਿਹਨੇ ਦੇਣੀ ਨਾ ਉਹ ਹੀ ਗੱਲ, ਇੱਕੋ ਹੀ ਪੰਜ ਪੰਜ ਚਾਰ ਚਾਰ ਕਰਕੇ ਛੱਡਣਾ, ਜਿਹਨੇ ਆਪਾਂ ਦੇਣੀ ਨਾ ਝੋਟੀ। 4,10,000 ਰੁਪਈਆ ਭਾਅ ਜੀ, ਪੱਕੀਆਂ ਜਿਹੀਆਂ ਗੱਲਾਂ, ਪਿਆਰ ਮੁਹੱਬਤ ਕੋ ਥੋੜ੍ਹੀ ਬਹੁਤੀ, ਬਸ ਕੋਈ ਥੋੜ੍ਹੀ ਬਾਲੀ ਕਰ ਲਿਓ, ਥੋੜ੍ਹੀ ਬਹੁਤੀ, ਹਾਂਜੀ ਥੋੜ੍ਹੀ ਬਹੁਤੀ ਹੋਏਗੀ ਇਨਸ਼ਾਅੱਲਾ, ਜ਼ਿਆਦਾ ਨਹੀਂ ਮਾਸ਼ਾਅੱਲਾ ਬਹੁਤ, ਲੇਕਿਨ ਭਲਵਾਨ ਆ ਥੱਲਿਓ, ਅਤੇ ਵੈਸੇ ਵੀ ਮਾਝ ਭਲਵਾਨ ਆ, ਪੂਰੀ ਬਰੀਕ ਅਤੇ ਪੂਰੀ ਇਨਸ਼ਾਅੱਲਾ ਨਜ਼ਾਰਾ ਕਰਾਏਗੀ ਮਾਝ। ਹਾਂ ਚਮੜੀ ਮੈਨੂੰ ਬੜੀ ਬਰੀਕ, ਚਲੋ ਜੀ ਪਹਿਲਾਂ ਝੋਟੀ ਟੋਰੋ ਮਾਸ਼ਾਅੱਲਾ। ਇਹ ਪਹਿਲਾਂ ਝੋਟੀ ਹੈ, ਝੋਟੀ ਨੂੰ ਹੱਡੀ ਹੈ ਇੱਕ, ਅੱਖ ਸਫੈਦ ਚਿੱਟੀ ਆ, ਰੁੜਕੀ ਪਾਈ ਹੈ ਕੰਨ 'ਚ, ਧੁੰਨੀ ਕੋਲੀ, ਨਿਸ਼ਾਨ ਹੀ ਹੈ ਨਹੀਂ ਮਾਝ ਨੂੰ, ਐਨ ਬੰਦ ਨਿਸ਼ਾਨ ਹੈ ਹੀ ਨਹੀਂ, ਕੰਡ ਮਾਝ ਦੀ ਬੜੀ ਪੱਧਰ ਆ, ਲਿਬਾਸ ਥੋੜ੍ਹਾ ਪੱਕਾ ਰੱਖਦੀ, ਲੇਕਿਨ ਨੀਲੀ ਦੇ ਬਟਨ, ਥਣ ਬੜਾ ਪਿਆਰਾ ਮੋਟਾ,
ਜਵਾਹ ਸੋਹਣਾ ਵਿਕਾਸ ਸਫੈਦ ਚਿੱਟੀ ਅੱਖ ਕੋਲੀ ਵਾਲੀ ਥਾਂ ਦੋਸਤ ਚੈੱਕ ਕਰ ਲੈਣ ਕੋਈ ਚੀਜ਼ ਨਜ਼ਰ ਆਉਂਦੀ ਕੋਈ ਸ਼ੈ ਨਹੀਂ ਨਜ਼ਰ ਆਉਂਦੀ ਕੰਢ ਝੋਟੀ ਦੀ ਬਰੀਕੀ ਝੋਟੀ ਕੋ ਪੂਰੀ ਆ ਇਹ ਪਹਿਲਾਂ ਬੱਚਾ ਵਾ ਘੱਟਾ ਹੈ ਠੰਡ ਬੜਾ ਪਿਆਰਾ ਅੱਛਾ ਵਿਕਾਸ ਇਹਦੇ ਕੋਲ ਪੱਕਾ ਤੇ ਠੰਡਾ ਦੁੱਧ ਕਿੰਨਾ ਇਹ ਭਾਜੀ ਸਾਰੀ ਮੈਂ ਚੋਈਏ ਤਾਂ 12 ਲੀਟਰ ਹੋਊਗਾ ਅੱਛਾ 11 ਲੀਟਰ ਅੱਛਾ ਤੇ ਦੋ ਥਣ ਬੱਚੇ ਨੂੰ ਪਿਆ ਕੇ ਦੋ ਥਣਾਂ ਦਾ 8 ਕਿਲੋ ਦੁੱਧ ਹੈ ਜੀ 8 ਕਿਲੋ ਦੁੱਧ ਠੀਕ ਹੋ ਗਿਆ ਕੱਦ ਬੜਾ ਝੋਟੀ ਨੂੰ ਛੋਟੇ ਕੱਦ 'ਚ ਨਹੀਂ ਵੱਡੇ ਕੱਦ 'ਚ ਅਤੇ ਅੱਛਾ ਇਹ ਸਮਝਦਾ ਨਹੀਂ ਪੁੱਛਿਆ ਚਰਾਈ ਦੀ ਮਾਜਸ ਛੇਵਾਂ ਦਿਨ ਸੂਈ ਨੂੰ 6 ਦਿਨ ਦੀ ਸੂਈ ਆ ਛੇਵਾਂ ਦਿਨ ਆ ਅਤੇ 10 ਤੋਂ 11 ਕਿਲੋ ਦੁੱਧ ਸਾਰਾ ਠੰਡਾ ਇਹ ਸਮਝਦਾ ਦੁੱਧ ਦੇ ਦੱਸਿਆ ਬੋਲਾ ਕਿੰਨਾ ਖੋਇਆ ਇਹਦਾ ਬੋਲਾ ਭਾਜੀ ਦੂਸਰੀ ਚਵਾਈ ਹੋਈ ਕਿ ਪਹਿਲੀ 2 ਚਵਾਈਆਂ ਹੋਈਆਂ ਹਾਂ ਹਾਂਜੀ ਕੱਲ੍ਹ ਸੁਬਹਾ ਹੈ ਕੱਲ੍ਹ ਸ਼ਾਮੀ ਹਾਂ ਅਤੇ ਮੈਂ ਕੋਲ ਦੁੱਧ ਹੈਗਾ ਚੋਰੀ ਸਾਹਿਬ ਪਹਿਲਾ ਬੋਲਾ ਜਿਹੜਾ ਸੀਗਾ ਉਹ ਹੋਇਆ 7 ਕਿਲੋ ਅੱਛਾ ਜਿਹੜਾ ਬਾਅਦ ਸ਼ਾਮ ਵਾਲਾ ਵਾ ਉਹ ਹੋਇਆ 4 ਕਿਲੋ ਥਣਾ ਥੁਣਾ ਦੀ ਹਰ ਚੀਜ਼ ਦੀ ਝੋਟੀ ਦੋਸਤਾਂ ਨੇ ਬਰੀਕੀ ਵੇਖਣੀ ਆ ਖੂਬਸੂਰਤੀ ਵੇਖਣੀ ਆ ਧੌਣ ਬੜੀ ਲੰਮੀ ਆ ਪੂਰੀ ਝੋਟੀ ਆ ਇਨਸ਼ਾਲਾ ਬਿਲਕੁਲ ਦੂਸਰੇ ਸੂਏ ਜਾ ਕੇ ਹੁਣ ਵੀ ਦੋਸਤ ਨਜ਼ਾਰੇ ਕਰਾਏਗੇ ਤਾਂ ਇਨਸ਼ਾਲਾ ਰੇਟ ਹੋਣਗੇ ਅੱਜ ਬਿਲਕੁਲ ਮੁਨਾਸਬ ਜਿਹਾ ਅਤੇ ਮਕੂਲ ਜਿਹਾ ਕਦ ਝੋਟੀ ਦਾ ਵੇਖਣਾ ਬੰਦੇ ਦਾ ਸਿਰ ਜਿੱਡੀ ਆ ਫੁੱਲ ਖੂਬਸੂਰਤ ਅਤੇ ਸੋਹਣੀ ਆ ਲੈ ਪਿੱਛੇ ਮਾਸ਼ਾਅੱਲਾ ਛੇਵਾਂ ਦਿਨ ਸੂਈ ਨੂੰ 10-11 ਕਿਲੋ ਦੁੱਧ ਠੰਡਾ ਇਨਸ਼ਾਲਾ ਦੁੱਧ ਵੀ ਚੰਗਾ ਦੇਵੇਗੀ ਅਤੇ ਮਾਈ ਪਲੇਗੀ ਵੀ ਕਿਸੇ ਦੋਸਤ ਨੇ ਸਾਂਭ ਕੀਤੀ ਦਾ ਅੱਛਾ ਵਿਕਾਸ ਇਹਦਾ ਸੋਹਣਾ ਜਿਹਾ ਕਿੰਨਾ ਕੁ ਰੇਟ ਆ ਪੱਕਾ ਜੀ ਸੋਹਣਾ ਰਿਹਾ ਇੱਕੋ ਜੀ 3,65,000 ਰੁਪਈਆ ਲਓ ਦੋਸਤੋ ਬਾਕੀਆਂ ਰੇਟ 'ਚ ਮਾਈ ਦੋਸਤਾਂ ਨੂੰ ਹਾਤੀ ਹੈ ਅਤੇ ਬਹੁਤ ਸੋਹਣੀ ਮਾਝ ਬਰੀਕੀਆਂ ਪੂਰੀਆਂ ਵਾ ਹੱਡੀ ਚੰਗੀ ਇੱਕ ਥਣ ਬੜਾ ਸੋਹਣਾ ਵਾ ਅਲਬਾਸ ਦੋਸਤ ਬੜਾ ਹੀ ਖੂਬਸੂਰਤ ਪੱਕਾ ਲੇਕਿਨ ਇਨਸ਼ਾਲਾ ਦੁੱਧ ਛੋਟੀ ਦੱਸੇਗੀ ਦੇਵੇਗੀ ਚੰਗਾ 3,65,000 ਡਿਮਾਂਡ 6 ਦਿਨਾਂ ਦੀ ਸੂਈ 10-11 ਕਿਲੋ ਦੁੱਧ ਲੈ ਆ ਪਿੱਛੇ ਮਾਈ ਨੰਬਰ 3 ਵਿਖਾ ਦੋਸਤਾਂ ਛੱਡੀ ਦਰਾਂ ਦੂਜੇ ਝੋਟੀ ਹੋ ਕੇ ਇਹ ਵੀ ਝੋਟੀ ਪੂਰੀ ਆ ਸਾਡਾ ਨੀਲ ਜਾਕਾ ਇੰਨੀਆਂ ਲੱਗੀਆਂ ਮਈ ਭੁੱਖੀਆਂ ਹੁੰਦੀਆਂ ਛੇੜਦੀਆਂ ਬਾਹਰੋਂ 9 ਦੋਸਤਾਂ ਵੇਖਣੇ ਬਿਲਕੁਲ ਮਾਈ ਕਿਸੇ ਮਾਈ ਦਾ 9 ਨਹੀਂ ਵਧਿਆ ਸੁਬਹ ਤੋਂ ਸ਼ਾਮ ਤੋਂ ਰੱਖ ਕੇ ਚਰਾਈਦੀਆਂ ਵਾ ਖਾ ਖਾ ਬਾਹਰ ਆ ਜਾਂਦੀਆਂ ਪਿਛਲਾ ਪਾਸਾ ਪੁੱਠੇ ਬੜੇ ਸੋਹਣੇ ਆ ਵਿਕਾਸ ਕਿੰਨੇ ਕੁ ਦਿਨ ਲੈ ਜਾਣੇ ਸੂਣਦੇ ਨੇ 7 ਤੋਂ 8 ਦਿਨ ਇਹਨੇ ਸੂਣਦੇ ਲੈ ਜਾਣੇ ਠੀਕ ਹੋ ਗਿਆ ਇਸ ਝੋਟੀ ਨੂੰ ਵੇਖ ਲੈਣਾ ਦੋਸਤਾਂ ਨੇ ਥਣ ਬੜਾ ਪਿਆਰਾ ਵਾ ਇਹ ਵੀ ਝੋਟੀ ਸਾਰੀ ਸ਼ਾਕ ਵਾਲੀ ਇੱਕ ਰੰਗੀ ਆ ਪੈਰ 9 ਲੈਣ ਬਿਲਕੁਲ ਗੋਲ ਜਿਵੇਂ ਘੋੜੇ ਦੇ ਸੁੰਮ ਹੁੰਦੇ ਆ ਬਰੀਕ ਚਮੜੀ ਜੋ ਸਾਰੀ ਨੂੰ ਜੱਤ ਆ ਪੂਰੀ ਡਾਂਗਰੀ ਅਤੇ ਗਵਾਲ ਇਨਸ਼ਾਲਾ ਨਜ਼ਾਰਾ ਕਰਾਏਗੀ ਗਵਾਲ ਵਾਸਤੇ ਵੀ ਸ਼ੌਕ ਵਾਲੀ ਜਾਨਵਰ ਇਨਸ਼ਾਲਾ ਲਿਬਾਸ ਬੜਾ ਸੋਹਣਾ ਮੁੱਠ ਮੁੱਠ ਦਾ ਥਾਣਾ ਮੋਟਾ ਅੱਛਾ ਤਾਂ ਵਿਕਾਸ ਇਹਦਾ ਕਿੰਨਾ ਕੁ ਰੇਟ ਆ ਸੋਹਣਾ ਜਿਹਾ ਬਸ 3,90,000 ਰੁਪਇਆ ਲਓ ਦੋਸਤੋ ਰੇਟ ਅੱਜ ਬਿਲਕੁਲ ਮਕੂਲ ਅਤੇ ਮੁਨਾਸਬ ਲਾਇਆ ਥਣਾਂ ਦੀ ਤਾਂ ਆਪਣੇ ਪਿੱਛੇ ਦੀ ਹਰ ਤਰ੍ਹਾਂ ਹਰ ਚੀਜ਼ ਦੀ ਤਸੱਲੀ ਗਰੰਟੀ ਠੀਕ ਹੋ ਗਿਆ ਛੱਡੀ ਹੋ ਮੱਝ 4th ਨੰਬਰ 'ਤੇ ਇਹ 3 ਨੰਬਰ ਮੱਝ ਆ ਜਿਹੜੇ ਭਰਾ ਨੂੰ ਵੀਡੀਓ ਪਸੰਦ ਆਵੇ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਜਿਹੜੇ ਪਸੰਦ ਆਵੇ ਰੇਟ ਕਰ ਸਕਦਾ ਰੇਟ ਇਨਸ਼ਾਲਾ ਬਿਲਕੁਲ ਪਹਿਲੇ ਹੀ ਸੀ ਜਾਇਜ਼ ਅਤੇ ਮਕੂਲ ਲਾਉਂਦੇ ਹਾਂ ਇਹ ਨਹੀਂ ਕਿ 50,000 ਵਾਲਾ ਫਰਕ ਕਦੇ ਵੀ ਨਹੀਂ ਲਾਇਆ ਅੱਜ ਵੀ ਇਨਸ਼ਾਲਾ ਭਰਾਵਾਂ ਨੂੰ ਰੇਟ ਬਹੁਤ ਵੱਡੀ ਚੰਗੀਆਂ ਉੱਚੀਆਂ ਜੋੜਾਂ ਦੀ ਮੱਝ ਦੁੱਧ ਵਾਲੀ ਇਨਸ਼ਾਲਾ ਬਹੁਤ ਸਾਰਾ ਹੋਏਗਾ ਦੁੱਧ ਮੱਝ ਚੰਗਾ ਦੇਵੇਗੀ ਲਿਬਾਸ ਮੱਝ ਨੂੰ ਸੋਹਣਾ ਵਾ 18 ਲੀਟਰ ਦੀ ਗਰੰਟੀ ਜਿੰਨੀ ਮੱਝ ਆ ਇਸੇ ਤਰ੍ਹਾਂ ਮੱਝ ਦੁੱਧ ਦੇਵੇਗੀ ਥੱਲਿਓ ਮੱਝ ਹਲਦੀ ਸੁਣਦੀ ਨਹੀਂ ਲੰਘ ਦਿਹਾੜੀ ਮੱਝ ਲਵੇਗੀ ਥੱਲਿਓ ਇਨਸ਼ਾਲਾ ਬੋਰੇ ਪਾ ਦੇਵੇਗੀ ਮੁਸ਼ਕਾਂ ਲਾ ਦੇਵੇਗੀ
ਮਾਸ਼ਾਅੱਲਾ ਫੁੱਲ ਸੁੰਦੀ ਨਹੀਂ ਹੁੰਦੀ ਦੁੱਧ, ਲੇਕਿਨ ਵੱਡੀ ਅਤੇ ਪੂਰੀ ਵੱਡੀ ਮੱਝ ਮਾਸ਼ਾਅੱਲਾ, ਸਾਰੀਆਂ ਮੱਝਾਂ ਜਿਹੜੀਆਂ ਨਹੀਂ ਹੁੰਦੀਆਂ, ਨਸਲ ਜ਼ਾਤ ਮੱਝ ਦੀ ਥਣ ਫਿਰ ਜਿੱਡਾ ਮੱਝ ਨੂੰ ਅਗਲਾ ਵਾ ਉਨਾ ਹੀ ਪਿਛਲਾ ਵਾ, ਤੁੰਨੀ ਕੋਲੀ ਮੱਝ ਤੂੰ ਕਾਸੇ ਨੇ ਕਿੰਨਾ ਸੂਆ ਸੋਣਾ, ਸੂਆ ਇਹਨੇ ਕਿੰਨਾ ਸੋਣਾ, ਤੀਸਰਾ ਸੂਆ ਤੁੰਨੀ ਕੋਲ ਦਾ ਮੱਝ ਨਿਸ਼ਾਨ ਹੈ ਨਹੀਂ, ਨਸਲ ਮੱਝ ਦੀ ਥਣ ਮੱਝ ਜਿੱਡਾ ਅਗਲਾ ਉਹਨਾਂ ਨੂੰ ਹੀ ਪਿਛਲਾ ਵਾ, ਬੜਾ ਪਿਆਰਾ ਥਾਣ ਮੱਝ ਨੂੰ ਪ੍ਰੀਤ, ਅਤੇ ਲਿਬਾਸ ਮੱਝ ਨੂੰ ਬਹੁਤ ਸੋਹਣਾ ਅਤੇ ਵੱਡਾ। ਅੱਛਾ ਤਾਂ ਵਿਕਾਸ ਇਹਦਾ ਮੁੱਲ ਕਿੰਨਾ ਗਾ? ਪੱਕਾ ਜੀ, ਹਾਂ 4,20,000 ਰੁਪਇਆ, 5,00,000 5,50,000 ਵਾਲੀ ਗੱਲ ਨਹੀਂ ਮਾਸ਼ਾਅੱਲਾ ਆਪਣੀ, 4,20,000 ਰੁਪਏ ਡਿਮਾਂਡ ਪਿੱਛੋਂ ਸੂਹ ਨੂੰ ਅੱਗੇ ਮਾਝ ਧੁੰਨੀ ਕੋਲ ਰੱਖੀ ਖੜੀ, ਫਿਰ ਇਸੇ ਤਰ੍ਹਾਂ ਮੱਝਾਂ ਲਿਬਾਸ ਬਣਾਉਣੀ ਆ, 4,20,000 ਡਿਮਾਂਡ। ਉਮੀਦ ਕਰ ਰਹੇ ਕਈ ਵੀਡੀਓ ਆਏਗੀ ਦੋਸਤਾਂ ਨੂੰ ਪਸੰਦ, ਵੀਡੀਓ ਪਸੰਦ ਆਉਂਦੀ ਯਾਰਾਂ ਦੋਸਤਾਂ ਨਾਲ ਸ਼ੇਅਰ, ਜਿਹਨਾਂ ਦੋਸਤਾਂ ਨਾਲ ਚੈਨਲ ਨਹੀਂ ਕੀਤਾ ਸਬਸਕ੍ਰਾਈਬ, ਚੈਨਲ ਸਬਸਕ੍ਰਾਈਬ। 4 ਮੱਝਾਂ ਦੋਸਤਾਂ ਨੂੰ ਖਾਈਆਂ, ਜਿਹੜੀ ਮੱਝ ਪਸੰਦ ਆ ਜਾਏ ਉਹਦਾ ਸਕਰੀਨਸ਼ਾਟ ਲੈ ਕੇ ਰੇਟ ਪੁੱਛ ਸਕਦੇ ਹਾਂ, ਰੇਟ ਵਾਅਦਾ ਵਿੱਚ ਦੱਸਿਆ, ਦੁੱਧ ਦੱਸਿਆ, ਥਣਾਂ ਦੀ ਹਰ ਤਰ੍ਹਾਂ ਦੀ ਤਸੱਲੀ ਗਰੰਟੀ ਹੋਏਗੀ। ਉਮੀਦ ਕਰਨੀ ਕਈ ਵੀਡੀਓ ਆਏਗੀ ਦੋਸਤਾਂ ਨੂੰ ਪਸੰਦ, ਵੀਡੀਓ ਪਸੰਦ ਆਉਂਦੀ ਯਾਰਾਂ ਦੋਸਤਾਂ ਨਾਲ ਸ਼ੇਅਰ, ਜਿਹਨਾਂ ਦੋਸਤਾਂ ਨਾਲ ਚੈਨਲ ਨਹੀਂ ਕੀਤਾ ਸਬਸਕ੍ਰਾਈਬ, ਚੈਨਲ ਸਬਸਕ੍ਰਾਈਬ। ਇੱਕ ਅਗਲੀ ਅਤੇ ਨਵੀਂ ਬਿਹਤਰੀਨ ਵੀਡੀਓ ਫਿਰ ਹਾਜ਼ਰ ਹੋਵਾਂਗੇ, ਉਸ ਟਾਈਮ ਤੱਕ ਆਪਣੀ ਮੇਜ਼ਬਾਨ ਸਿਗਰ ਗੁਜਰਨ ਦੀ ਇਜਾਜ਼ਤ, ਮਿਲਣੀ ਇੱਕ ਅਗਲੀ ਅਤੇ ਨਵੀਂ ਬਿਹਤਰੀਨ ਵੀਡੀਓ ਨਾਲ। 2 ਮੱਝਾਂ ਸੂਈਆਂ, 2 ਗੱਬਣਾ, ਜਿਹੜੀ ਪਸੰਦ ਆ ਜਾਏ ਉਸੇ 'ਤੇ ਇਨਸ਼ਾਅੱਲਾ ਦੋਸਤਾਂ ਨੂੰ ਦਿਆਂਗੇ। ਘਰ ਜਾ ਕੇ ਕੋਈ ਦੋਸਤ ਇੱਥੇ ਲਾਈਵ ਆਵੇ, ਆ ਕੇ ਮੌਕੇ 'ਤੇ ਆਪਣੀ ਚੋਵੇ ਤਸੱਲੀਆਂ ਕਰੇ। ਇਹ ਲੋ ਆ ਥੋੜ੍ਹੀ ਜਿਹੀ, ਲੇਕਿਨ ਮਾਈ ਜੀ ਥਣਾਂ ਦੀ ਪਿੱਛੇ ਦੀ ਹਰ ਤਰ੍ਹਾਂ ਦੀ ਤਸੱਲੀ ਗਰੰਟੀ, ਕੱਚੀ ਮਾਈ ਸੂਈ ਬਿਲਕੁਲ ਬੋਲੇ ਦੇ ਵਿੱਚ, 2 ਚਵਾਈਆਂ ਹੋਈਆਂ, ਤੀਸਰੀ ਹੋਣ ਐਂ ਛੋਟੀ ਕਿਉਂ ਇੱਕ ਗਰੀਬ ਨੂੰ ਬਿਹਤਰੀਨ ਵੀਡੀਓ ਫਿਰ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।